ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਵੀ ਅਸਾਂ ਇੱਕ ਦੋ ਦਿਨ ਪਹਿਲਾਂ ਇਹ ਗੁਰੂ ਪੰਥ ਨੂੰ ਦੱਸਿਆ ਸੀ ਕਿ ਗੁਰੂ ਪੰਥ ਨਾਲ ਜੋ ਧੋਖਾ ਕਰਦਾ ਹੈ ਉਹ ਕਦੇ ਵੀ ਸੁੱਖ ਨਹੀਂ ਪਾ ਸਕਦਾ। ਜਿਸ ਤਰ੍ਹਾਂ ਕਿ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ 22 ਮੰਜੀਆਂ ਡਾਹ ਦਿੱਤੀਆਂ ਬਗਲੇ ਭਗਤਾਂ ਨੇ, ਚੋਰਾਂ ਨੇ, ਸਵਾਰਥੀਆਂ ਨੇ। ਉਹ 22 ਮੰਜੀਆਂ ਕਦੋਂ ਡਾਹੀਆਂ? ਜਦੋਂ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਗਏ ਸਨ, ਉੱਥੇ ਉਹਨਾਂ ਨੂੰ ਕੁਝ ਬਿਮਾਰੀ ਦੇ ਹਾਲਤ ਦੇ ਵਿੱਚ ਬਹੁਤ ਜੂਝਣਾ ਪਿਆ। ਜਦੋਂ ਉਹ ਬਿਮਾਰੀ ਦੇ ਹਾਲਤ ਵਿੱਚ ਸਨ ਤਾਂ ਨਾਲ ਦਿਆਂ ਸਿੰਘਾਂ ਨੇ ਜਿਹੜੇ ਉਸ ਸਮੇਂ ਉਸ ਦੇ ਨਾਲ ਗਏ ਸਨ, ਗੁਰੂ ਜੀ ਨੂੰ ਪੁੱਛਿਆ ਕਿ ਮਹਾਰਾਜ ਜੀ ਹੁਣ ਅਸੀਂ ਕਿੱਥੇ ਜਾਵਾਂਗੇ, ਸਾਨੂੰ ਕਿਹਦੇ ਆਸਰੇ ਛੱਡ ਕੇ ਚੱਲੇ ਜੋ? ਤਾਂ ਗੁਰੂ ਹਰਕ੍ਰਿਸ਼ਨ ਜੀ ਨੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਇਹ ਕਿਹਾ, ਬਾਬਾ ਬਕਾਲੇ, ਉਹਦੀ ਉਹਨਾਂ ਦਾ ਇਸ਼ਾਰਾ ਸੀ ਵੀ ਬਾਬਾ ਬਕਾਲੇ, ਵੀ ਸਾਡਾ ਬਾਬਾ ਵਾ ਜਿਹਦੇ ਤੁਹਾਨੂੰ ਅਸੀਂ ਲੜ ਲਾਉਣਾ ਵਾ, ਜਿਹੜਾ ਤੁਹਾਡਾ ਗੁਰੂ ਹੋਣਾ ਵਾ ਉਹ ਬਕਾਲੇ ਹੈ। ਤਾਂ ਇਹ ਗੱਲ ਸੁਣ ਕੇ ਬਾਬੇ ਬਕਾਲੇ ਵਾਲੀ ਤਾਂ ਜਿਹੜੇ ਉਸ ਸਮੇਂ 22 ਮੰਜੀਆਂ ਵਾਲੇ ਗਿਣ ਲਓ ਜਾਂ ਬਗਲੇ ਭਗਤ ਗਿਣ ਲਓ ਜਾਂ ਚੋਰ ਗਿਣ ਲਓ ਜਾਂ ਵੀ ਲੁੱਟ ਘਸੁੱਟ ਕਰਨ ਵਾਲੇ ਗਿਣ ਲਓ, ਉਹਨਾਂ ਨੇ ਆਣ ਕੇ ਦਵਾ ਦਵ ਆਣ ਕੇ ਦੇ ਬਾਬੇ ਬਕਾਲੇ ਆਣ ਕੇ 22 ਮੰਜੀਆਂ ਡਾਹ ਦਿੱਤੀਆਂ। ਉਹ 22 ਮੰਜੀਆਂ ਦਾ ਮਤਲਬ ਉਸ ਸਮੇਂ ਮੰਜੀਆਂ ਦਾ ਖਿਤਾਬ ਦਿੰਦੇ ਸੀ ਜਿਨ੍ਹਾਂ ਨੂੰ ਮਹੰਤ ਬਣਾਉਂਦੇ ਸੀ ਜਾਂ ਜਿਨ੍ਹਾਂ ਨੂੰ ਕਿਤੇ ਡੇਰੇ 'ਤੇ ਪਾਉਂਦੇ ਸੀ, ਉਹਨਾਂ ਨੂੰ ਮੰਜੀਆਂ ਵਾਲੇ ਕਹਿੰਦੇ ਸੀ, ਇਹ ਮੰਜੀਆਂ ਵਾਲੇ ਆ ਜਾਂ ਇਹ ਮਹੰਤ ਵਾ। ਉਸ ਨੇ ਫਿਰ ਮਹਾਰਾਜ ਦੀ ਮਿਹਰ ਦੇ ਨਾਲ, ਸੱਚੇ ਪਾਤਸ਼ਾਹ ਜੀ ਮਿਹਰ ਦੇ ਨਾਲ, ਉਸ ਸਮੇਂ ਦੇ ਸਦਾਗਰ ਜਿਸਦਾ ਜਹਾਜ਼ ਸਮੁੰਦਰ ਦੇ ਵਿੱਚ ਡੁੱਬ ਰਿਹਾ ਸੀ, ਉਸ ਨੇ ਅਰਦਾਸ ਕੀਤੀ ਗੁਰੂ ਨਾਨਕ ਦੇ ਧਰਮ ਦੇ ਅੱਗੇ, ਗੁਰੂ ਨਾਨਕ ਦੇ ਮਿਸ਼ਨ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਮੈਂ ਇਸ ਵਕਤ ਬੇਬਸ ਹੋ ਗਿਆ, ਮੇਰਾ ਬੇੜਾ ਸਮੁੰਦਰ ਵਿੱਚ ਡੁੱਬ ਰਿਹਾ ਹੈ, ਮੇਰਾ ਬੇੜਾ ਪਾਰ ਕਰ ਦੇਵੋ ਅਤੇ ਮੈਂ ਤੁਹਾਡੇ ਦਰ 'ਤੇ 500 ਮੋਹਰਾਂ ਚੜ੍ਹਾਵਾਂਗਾ। ਉਸ ਤੋਂ ਬਾਅਦ ਫਿਰ ਜਦੋਂ ਉਸਦਾ ਬੇੜਾ ਸਮੁੰਦਰ ਤੋਂ ਪਾਰ ਹੋ ਗਿਆ ਤਾਂ ਉਦੋਂ ਉੱਥੋਂ ਆਣ ਕੇ ਮੱਖਣ ਸ਼ਾਹ ਲਬਾਣਾ ਬਾਬੇ ਬਕਾਲੇ ਆ ਗਿਆ। ਬਾਬੇ ਬਕਾਲੇ ਆਣ ਕੇ ਲੱਭਦਾ ਰਿਹਾ, ਫਿਰਦਾ ਰਿਹਾ ਵੀ ਕਿਹੜਾ ਗੁਰੂ ਹੈ। ਉੱਥੇ 22 ਮੰਜੀਆਂ ਡਾਹ ਕੇ ਬੈਠੇ ਸਨ ਮੰਤ, ਕੋਈ ਆਉਂਦਾ ਮੇਰੇ ਲਾ ਜੋ, ਕੋਈ ਧੀਰ ਮਿਲੀ ਆਉਂਦਾ ਸੀ ਜਾਂ ਕੁਛ ਲਾ ਲਓ, ਪਤਾ ਨਹੀਂ ਕਿੰਨੇ ਕੁ ਵੀ ਗਦਾਰ ਹੋਣਗੇ ਜਿਹੜੇ ਗੁਰੂ ਤੋਂ ਬੇਮੁੱਖ ਹੀ ਗਏ, ਜਿਹੜੇ ਲੁੱਟ ਘਸੁੱਟ ਕਰਨਾ ਚਾਹੁੰਦੇ, ਸਿਰਫ ਗੁਰਦੁਆਰੇ ਕਬਜ਼ਾ ਕਰਨਾ ਚਾਹੁੰਦੇ ਸੀ ਜਾਂ ਸਿਰਫ ਬਗਲੇ ਭਗਤ ਗਿਣ ਲਓ। ਉਸ ਸਮੇਂ ਫਿਰ ਉਹਨਾਂ ਨੇ ਸਾਰਾ ਜ਼ੋਰ ਲਾ ਤਾ ਉੱਥੇ ਵੀ ਅਸੀਂ ਗੁਰੂ ਬਣ ਜਾਈਏ, ਉਹਨੇ ਕਿਹਾ ਅਸੀਂ ਗੁਰੂ ਬਣ ਜਾਈਏ। ਪਰ ਗੁਰੂ ਦੀ ਮਿਹਰ ਦੇ ਨਾਲ ਮੱਖਣ ਸ਼ਾਹ ਲਬਾਣੇ ਨੂੰ ਉਸ ਸਮੇਂ ਇੱਕ ਭਗਤ ਬੰਦਾ ਮਿਲਿਆ, ਕੋਈ ਜਿਹੜਾ ਰੱਬ ਦਾ ਭਗਤ ਸੀਗਾ ਅਤੇ ਉੱਥੇ ਤੁਰਿਆ ਫਿਰਦਾ ਸੀ।
ਉਸਨੇ ਆਪਣੇ ਉੱਤੇ ਚਾਦਰ ਲਈ ਸੀ ਅਤੇ ਉਹ ਕਹਿੰਦਾ ਫਿਰਦਾ ਸੀ ਮੈਨੂੰ ਗੁਰੂ ਨੇ ਚਾਦਰ ਦਿੱਤੀ, ਮੈਨੂੰ ਬੜਾ ਪਾਲਾ ਲੱਗਦਾ ਸੀ, ਮੈਨੂੰ ਬੜੀ ਠੰਡ ਲੱਗਦੀ ਸੀ, ਹੁਣ ਨਹੀਂ ਲੱਗਦੀ, ਹੁਣ ਮੈਂ ਤਾਂ ਗੁਰੂ ਨੇ ਚਾਦਰ ਦੇ ਦਿੱਤੀ ਹੈ। ਜਿਸ ਤੋਂ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਤੇਗ ਬਹਾਦਰ ਹਿੰਦੀ ਚਾਦਰ ਹੀ ਕਿਹਾ ਜਾਂਦਾ ਹੈ ਅਤੇ ਬਾਕੀ ਹਿੰਦੀ ਦੀ ਚਾਦਰ ਜਦੋਂ ਗੁਰੂ ਤੇਗ ਬਹਾਦਰ ਜੀ ਨੇ ਦਿੱਲੀ ਜਾ ਕੇ ਸ਼ਹੀਦੀ ਪਾਈ ਤਾਂ ਉਸ ਸਮੇਂ ਵੀ ਉਹਨਾਂ ਨੂੰ ਹਿੰਦ ਦੀ ਚਾਦਰ ਕਿਹਾ। ਉਹ ਹਿੰਦੁਸਤਾਨ ਦੀ ਰੱਖਿਆ ਕਰਨ ਵਾਲੇ ਅਤੇ ਜਦੋਂ ਔਰੰਗਜ਼ੇਬ ਜਾਂ ਮੁਗਲ ਰਾਜ ਹਿੰਦੂਆਂ ਦੇ ਜਨੇਊ ਰੋਜ਼ ਦੇ ਸਵਾ ਸਵਾ ਮਨ ਲਾਉਂਦਾ ਸੀ ਅਤੇ ਲੱਖਾਂ ਹਿੰਦੂਆਂ ਨੂੰ ਮੁਸਲਮਾਨ ਬਣਾਉਂਦਾ ਸੀ, ਉਸ ਸਮੇਂ ਗੁਰੂ ਤੇਗ ਬਹਾਦਰ ਨੇ ਸੱਚੇ ਪਾਤਸ਼ਾਹ ਨੇ ਆਪਣਾ ਸੀਸ ਦੇ ਕੇ ਬਲੀਦਾਨ ਦੇ ਕੇ ਹਿੰਦ ਦੀ ਇੱਜ਼ਤ ਰੱਖੀ, ਹਿੰਦ ਦੀ ਚਾਦਰ ਰੱਖੀ। ਅਤੇ ਉਸ ਸਮੇਂ ਵੀ ਜਦੋਂ ਉਹਨਾਂ ਦਾ ਧੜ ਸੀਸ 'ਤੇ ਲਿਆ, ਬਾਬਾ ਜੇਤਾ ਜੀ ਬਾਬਾ ਜੀਵ ਸਿੰਘ ਹੀ ਲਾਏ ਸੀ ਅਨੰਦਪੁਰ ਸਾਹਿਬ, ਅਤੇ ਉਹਨਾਂ ਦਾ ਧੜ ਜਿਹੜਾ ਸੀ ਬੰਕਰ ਸ਼ਾਹ ਲਬਾਣੇ ਦੇ ਉਸ ਸਮੇਂ ਦੇ ਜਿਹੜੇ ਵਪਾਰੀ ਸੀ ਉਹਨਾਂ ਗੱਡਿਆਂ 'ਤੇ ਲੱਦ ਕੇ ਆਪਣੇ ਉਸਦਾ ਗੁਰੂ ਜੀ ਦਾ ਧੜ ਰਹਿੰਦਾ ਅਤੇ ਰਕਾਬਗੰਜ ਜਾਂ ਗੁਰਦੁਆਰੇ ਥਾਂ 'ਤੇ ਉਸ ਧੜ ਦਾ ਸਤਿਕਾਰ ਕਰ ਦਿੱਤਾ ਸਨ, ਆਪਣੇ ਘਰ ਨੂੰ ਅੱਗ ਲਾ ਤੀ। ਇਸ ਤਰ੍ਹਾਂ ਜਿਹੜੇ ਕੁਰਬਾਨੀ ਵਾਲੇ ਸਿੱਖ ਸਨ, ਜਿਹੜੇ ਗੁਰੂ ਵਾਲੇ ਸਿੱਖ ਸਨ, ਉਹ ਤਾਂ ਆਪਣੇ ਜਾਨ ਦੀ ਕੋਈ ਪਰਵਾਹ ਨਹੀਂ ਕਰਦੇ, ਕੁਰਬਾਨੀ ਕਰਦੇ ਰਹੇ। ਪਰ ਜਿਹੜੇ ਗਦਾਰ ਸੀਗੇ ਭੁੱਖੇ ਹੀ, ਉਹ ਲਾਲਚ ਦੇ ਚੌਧਰਾਂ ਦੇ ਕੁਰਸੀਆਂ ਦੇ, ਇਹਨਾਂ ਨੇ ਗੁਰੂ ਘਰ ਦੇ ਨਾਲ ਹਮੇਸ਼ਾ ਹੀ ਤਰੋਹ ਕਮਾ। ਬਾਅਦ ਦੇ ਵਿੱਚ ਫਿਰ ਇਹਨਾਂ ਨੇ ਗਦਾਰਾਂ ਨੇ ਮਾਡਰ ਤਾਰਾਂ ਵਰਗਿਆਂ ਨੇ ਇਹਨਾਂ ਨੇ ਇਹਨਾਂ ਦੇ ਕਾਰਖਾਨੇ ਸੀਗੇ ਬਿਹਾਰ ਦੇ ਵਿੱਚ, ਜਾਇਦਾਦਾਂ ਸੀਗੀਆਂ। ਇਹਨਾਂ ਨੇ ਆਪਣੇ ਕਾਰਖਾਨੇ ਬਚਾਉਣ ਦੀ ਖਾਤਰ ਵੀ ਸਾਡੇ ਇਹਨੇ ਕਾਰਖਾਨੇ ਖੋਜ ਜਾਣਗੇ, ਕਾਰਖਾਨੇ ਫਿਰ ਹੀ ਬਣ ਸਕਦੇ, ਸਾਰਾ ਕੁਝ ਬਣ ਸਕਦਾ ਹੈ। ਇਹਨਾਂ ਨੇ ਅੰਗਰੇਜ਼ਾਂ ਦੇ ਕਹਿਣ ਤੋਂ ਬਾਹਰ ਹੋ ਕੇ ਲਾਹੌਰ ਜਾ ਕੇ ਮੁਸਲਿਮ ਲੀਗ ਦਾ ਝੰਡਾ ਵੱਢ ਦਿੱਤਾ। ਝੰਡਾ ਕੀ ਵੱਢਿਆ, ਇੱਕ ਪੰਜਾਬ ਦੀ ਕਿਸਮ ਵੱਢ ਦਿੱਤੀ, ਪੰਜਾਬ ਦਾ ਬੇੜਾ ਗਰ ਕਰ ਦਿੱਤਾ। ਅਤੇ ਇਹਨਾਂ ਨੂੰ ਆਪਣੇ ਹਿੰਦੁਸਤਾਨ ਦੇ ਨਾਲ ਰਲਿਆ ਗਿਆ। ਜੇਕਰ ਉਸ ਸਮੇਂ ਆਪਣਾ ਪੰਜਾਬ ਵੱਖਰਾ ਲੈਣ ਦੇ, ਆਪਣਾ ਖਿੱਤਾ ਵੱਖਰਾ ਲੈਣ ਦੇ, ਅਤੇ ਅੱਜ ਆ ਜ਼ੁਲਮ ਆ ਅੱਤਵਾਦੀ ਵੱਖਵਾਦੀ ਜਰੈਮ ਪੇਸ਼ਾ ਇਹੋ ਜਿਹੀਆਂ ਗੱਲਾਂ ਨਹੀਂ ਸਿਖਾਉਣੀਆਂ ਪੈਣੀਆਂ। ਇੱਥੋਂ ਤੱਕ ਕਿ ਭਾਰਤੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਿਹਾ ਗਿਆ, ਇੱਥੋਂ ਤੱਕ ਕਿ ਇਹਨਾਂ ਨੂੰ ਜਰੈਮ ਪੇਸ਼ਾ ਵੀ ਕਿਹਾ ਗਿਆ। ਜਰੈਮ ਪੇਸ਼ਾ ਕੌਮ ਸਭ ਤੋਂ ਮਾੜੇ ਬੰਦਿਆਂ ਨੂੰ ਕਿਹਾ ਜਾਂਦਾ ਹੈ, ਜਿਹੜੇ ਸਾਰੇ ਗੰਦੇ ਤੋਂ ਗੰਦੇ ਕੰਮ ਕਰਦੇ ਹੋਣ। ਅਤੇ ਪੰਜੀ ਧਾਰਾ ਦੇ ਵਿੱਚ ਇਹਨਾਂ ਨੂੰ ਕੇਸਾਧਾਰੀ ਹਿੰਦੂ ਕਿਹਾ ਗਿਆ, ਵੀ ਹਿੰਦੁਸਤਾਨ ਦੇ ਵਿੱਚ ਕੋਈ ਸਿੱਖ ਕੌਮ ਦੀ ਨਾਂ ਹੀ ਨਹੀਂ ਗਾ, ਸਾਰੇ ਕੇਸਾਧਾਰੀ ਹਿੰਦੂ ਹਨ। ਇੱਥੋਂ ਤੱਕ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਮਾਸਟਰ ਤਾਰਾ ਵਰਗਿਆਂ ਨੇ, ਅਤੇ ਹੋਰ ਜਿਹੜੇ ਲੀਡਰ ਸੀ ਉਸ ਸਮੇਂ ਦੇ ਭੁੱਖੇ ਬਗਲੇ ਭਗਤ ਲਾ ਲਓ, ਬਾਹੀਆਂ ਮੰਜੀਆਂ ਵਾਲੇ ਗਿਣ ਲਓ, ਜਾਂ ਕੁਰਸੀ ਦੇ ਭੁੱਖਿਆਂ ਵੱਲ ਲਾ ਲਓ, ਇਹਨਾਂ ਨੇ ਪੰਜਾਬ ਦਾ ਇੰਨਾ ਨੁਕਸਾਨ ਕੀਤਾ ਕਿ ਅੱਜ ਤੱਕ ਪੰਜਾਬ ਦਾ ਇੰਨਾ ਇਹਨਾਂ ਨੇ ਬੇੜਾ ਗਰਕ ਦਿੱਤਾ, ਜਿਹੜਾ ਪੰਜਾਬ ਸੋਨੇ ਦੀ ਚਿੜੀ ਖਵਾਉਂਦਾ ਸੀ, ਜਿਹੜਾ ਪੰਜਾਬ ਸਾਰੇ ਹਿੰਦੁਸਤਾਨ ਨੂੰ ਅੰਨਦਾਤਾ ਖਵਾਉਂਦਾ ਸੀ, ਜਿਹੜਾ ਪੰਜਾਬ ਇਸ ਨੂੰ ਦੁਨੀਆ ਪੁੱਛ ਕੇ ਤੁਰਦੀ ਸੀ, ਅੱਜ ਉਸ ਪੰਜਾਬ ਨੂੰ ਪਤਾ ਨਹੀਂ ਕਿੰਨਵੇਂ ਨੰਬਰ 'ਤੇ ਆ ਗਿਆ। ਅਤੇ ਸਭ ਤੋਂ ਅਮਲੀਆਂ ਦੇ ਨਾਂ ਦੇ ਵਿੱਚ, ਸਮੈਕੀਆਂ ਦੇ ਨਾਂ ਦੇ ਵਿੱਚ, ਬਲੈਕੀਆਂ ਦੇ ਨਾਂ ਦੇ ਵਿੱਚ, ਜਰੈਮ ਪੇਸ਼ੇ ਦੇ ਨਾਂ ਦੇ ਵਿੱਚ, ਕਿੰਨਾ ਮਰਜ਼ੀ ਮਾੜੇ ਤੋਂ ਮਾੜਾ ਸ਼ਬਦ ਵਰਤ ਲਓ, ਉਹ ਪੰਜਾਬੀਆਂ ਵਾਸਤੇ ਵਰਤਿਆ ਜਾਂਦਾ ਹੈ।
ਫਿਰ ਇਸ ਦੇ ਵਾਸਤੇ ਬਾਅਦ ਦੇ ਵਿੱਚ ਅਕਾਲੀਆਂ ਨੇ ਕਈ ਮੋਰਚੇ ਲਾਏ। ਕਪੂਰੀ ਦਾ ਮੋਰਚਾ ਗਿਣ ਲਓ, ਅਨੰਦਪੁਰ ਦਾ ਮਤੇ ਦਾ ਮੋਰਚਾ ਗਿਣ ਲਓ, ਜੇਲ੍ਹ ਭਰੋ ਅੰਦੋਲਨ ਗਿਣ ਲਓ, ਧਰਮਯੁੱਧ ਮੋਰਚਾ ਗਿਣ ਲਓ, ਇਹੋ ਜਿਹੇ ਅਨੇਕਾਂ ਮੋਰਚੇ ਲਾਏ। ਪਰ ਸਫਲਤਾ ਕਿਸੇ ਇੱਕ ਵੀ ਮੋਰਚੇ ਵਿੱਚ ਨਹੀਂ, ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦਾ ਖਿਆਲ ਸੀ, ਕਿਉਂਕਿ ਬਾਹੀਆਂ ਮੰਜੀਆਂ ਵਾਲੇ ਸਨ, ਇਹ ਬਗਲੇ ਭਗਤ ਸਨ, ਇਹ ਗਦਾਰ ਸਨ, ਇਹਨਾਂ ਨੂੰ ਸਿਰਫ ਆਪਣੀ ਕੁਰਸੀ ਦੀ ਲੋੜ ਸੀ। ਮਿੰਟੋ ਮਿੰਟੀ ਸਾਰੀਆਂ ਗੱਲਾਂ ਨੂੰ ਭੁੱਲ ਜਾਂਦੇ ਰਹੇ। ਅਤੇ ਪ੍ਰਤਾਪ ਸਿੰਘ ਕੈਰੋਂ ਜਦੋਂ ਮੁੱਖ ਮੰਤਰੀ ਬਣਿਆ ਪੰਜਾਬ ਦਾ, ਉਹੀ ਮੁੱਖ ਮੰਤਰੀ ਇਸ ਤਰ੍ਹਾਂ ਬਣਿਆ, ਉਸਨੇ ਪਟਿਆਲੇ ਵਾਲੇ ਮਹਾਰਾਜੇ ਦੇ ਨਾਲ ਗੰਢ ਤੁੱਪ ਕਰਕੇ ਉਹਨੂੰ ਰਿਸ਼ਤਾ ਦਿੰਦਾ ਰਿਹਾ, ਜਾਂ ਹੋਰ ਬੜਾ ਕੰਮ ਵੀ ਗਲਤ ਮਤ ਕਰਦਾ ਰਿਹਾ, ਜਿਹੜਾ ਸਾਡਾ ਹੁਣ ਕਹਿਣ ਨੂੰ ਜੀ ਨਹੀਂ ਕਰਦਾ ਸਾਹਮਣੇ ਜਨਤਾ ਦੇ। ਅਤੇ ਉਹ ਸਿਰਫ ਉਹਨਾਂ ਦੇ ਰਾਹੀਂ, ਪਟਿਆਲੇ ਵਾਲੇ ਰਾਜਿਆਂ ਰਾਹੀਂ ਨਹਿਰੂ ਦੇ ਨਾਲ ਆਪਣਾ ਸਾਂਝ ਬਣਾਉਣ ਦੀ ਖਾਤਰ ਇਹਨੇ ਬਹੁਤ ਮਾੜੇ ਤੋਂ ਮਾੜੇ ਕੰਮ ਕੀਤੇ। ਜਿਸ ਨਹਿਰੂ ਨੇ ਇਸ ਨੂੰ ਉਸ ਸਮੇਂ ਦਾ ਮੁੱਖ ਮੰਤਰੀ ਬਣਾ ਦਿੱਤਾ, ਪਹਿਲਾਂ ਇਹੋ ਹੀ ਪ੍ਰਤਾਪ ਸਿੰਘ ਕੈਰੋਂ ਅਕਾਲੀ ਦਲ ਵਿੱਚ ਸ਼ਾਮਿਲ ਹੁੰਦਾ ਸੀ, ਅਕਾਲੀ ਦਲ ਵੱਲੋਂ ਚੋਣਾਂ ਲੜਦਾ ਰਿਹਾ ਸੀ। ਪਰ ਜਦੋਂ ਇਸ ਬਾਹੀਆਂ ਮੰਜੀਆਂ ਵਾਲੇ ਨੂੰ ਬਗਲੇ ਭਗਤ ਨੂੰ ਚੋਰ ਨੂੰ ਉਸਨੇ ਮੁੱਖ ਮੰਤਰੀ ਬਣਾ ਦਿੱਤਾ, ਤਾਂ ਇਸ ਨੇ ਪੰਜਾਬ ਦੇ ਨਾਲ ਆ ਦਿੰਦੇ ਜੀ, ਬੜਾ ਪ੍ਰਤਾਪ ਸਿੰਘ ਕੈਰੋਂ ਬੜਾ ਬੰਦਾ ਸੀ, ਬੜਾ ਉਹਨੇ ਸਵਾਰਿਆ, ਫਲਾਣ ਕੀਤਾ, ਢੀਂ ਕੀਤਾ, ਖੇਸ ਪੰਜਾਬ ਦਾ ਬੇੜਾ ਗਰ ਕਰਤਾ। ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੁੰਦੀ ਸੀ, ਉਸਨੇ ਖਸਖਸ ਦੀ ਖੇਤੀ ਬੰਦ ਕਰ ਦਿੱਤੀ, ਠੀਂ ਪੋਤ ਦੇ ਠੇਕੇ ਬੰਦ ਕਰ ਦਿੱਤੇ। ਉਹ ਬੰਦ ਕਿਉਂ ਕੀਤੇ? ਸਿਰਫ ਜਵਾਹਰ ਲਾਲ ਨਹਿਰੂ ਨੇ ਆਖਿਆ, ਤੂੰ ਪੈਸੇ ਇਕੱਠੇ ਕਰ ਲਾ, ਤਕੜਾ ਆ ਗਏ ਅਤੇ ਤੈਨੂੰ ਹੋ ਕੇ ਲੋੜ ਨਹੀਂ, ਅਤੇ ਬਸ ਆਹ ਕੰਮ ਸੌਖਾ ਹੀ। ਅਤੇ ਨਾ ਇਹਦੇ ਮੁੰਡੇ ਸਿੰਦਰ ਕੈਰੋਂ ਨੇ ਟਰੱਕਾਂ ਦੇ ਨਾਲ ਨਕਲੀ ਫੀਂ ਵੇਚੀ, ਜਿਹੜੀ ਸਟਿੱਕਣੀ ਅਤੇ ਹੋਰ ਗੰਦੀਆਂ ਮੰਦੀਆਂ ਚੀਜ਼ਾਂ ਪਾ ਕੇ ਵੇਚੀਆਂ ਗਈਆਂ, ਜੋ ਪੰਜਾਬ ਦਾ ਬਲੈਕ ਜਾਂ ਇਸਨੇ ਪੈਦਾ ਕੀਤਾ ਨਕਲੀ ਫੀਮ ਵੇਚਣ ਵਾਸਤੇ ਅਤੇ ਪੰਜਾਬ ਦਾ ਬੇੜਾ ਗਰ ਕਰਨ ਵਾਸਤੇ। ਉਹਦੇ ਲੋਕਾਂ ਸਾਰੀ ਦੁਨੀਆ ਪਤਾ ਕਿੰਨੇ ਕੁ ਗਿਣ ਕੇ ਦੱਸੀ, ਹੁਣ ਗਿਣਦਿਆਂ ਸਾਨੂੰ ਸ਼ਰਮ ਆਊਗੀ ਵੀ ਕਿੰਨੇ ਬਲੈਕ ਇਹਨੇ ਪੈਦਾ ਕੀਤੇ, ਕਿੰਨੀ ਇਹਨੇ ਫੀਮ ਤਕਲੀਫ ਖਾਈ। ਉਸ ਨਕਲੀ ਫੀਮ ਤੋਂ ਬਾਅਦ ਹੁਣ ਉਸ ਸਮੇਂ ਤੋਂ ਇੱਕ ਨਵੀਂ ਸਗਾ ਚੱਲ ਪਈ, ਜਿਸ ਨੂੰ ਕਹਿੰਦੇ ਹੀਰਵਨ ਸਮੈਕ, ਹੀਰਵਨ ਸਮੈਕ, ਜਿਸ ਨੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ, ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਜੋ ਨੌਜਵਾਨ ਮੁੰਡੇ ਸੀ ਸਾਰੇ ਮਾਰ ਦਿੱਤੇ, ਲੋਕਾਂ ਦੀਆਂ ਜ਼ਮੀਨਾਂ ਵੇਚ ਗਈਆਂ, ਲੋਕਾਂ ਦੇ ਤਲਾਕ ਹੋਣ ਲੱਗ ਪਏ। ਗੱਲ ਕਰਦੀ ਵੀ ਪ੍ਰਤਾਪ ਸਿੰਘ ਕੈਰੋਂ ਦੇਣ ਨੇ ਸਾਰੇ ਪੰਜਾਬ ਦਾ ਬੇੜਾ ਗਰ ਕਰ ਦਿੱਤਾ, ਜੇਕਰ ਇਹ ਕੰਮ ਨਾ ਕਰਦਾ ਤਾਂ ਅੱਜ ਦਾ ਯੁੱਗ ਦੇ ਵਿੱਚ ਸਿੱਖਾਂ ਨੂੰ ਜਰੈਮ ਪੇਸ਼ਾ ਸਮੈਕੀਏ ਅਤੇ ਜਾਂ ਹੋਰ ਗੱਲਾਂ ਨਹੀਂ ਵਿਖਾਉਣੀਆਂ ਪੈਣੀਆਂ ਸੀ। ਇੱਥੋਂ ਤੱਕ ਪ੍ਰਤਾਪ ਸਿੰਘ ਕੈਰੋਂ ਨੇ ਸਭ ਤੋਂ ਵੱਡਾ ਘੋਰ ਪਾਪ ਕੀਤਾ, ਜਿਹੜਾ ਕਿ ਇਹ ਬਾਹੀਆਂ ਮੰਜੀਆਂ ਦੀ ਨਿਸ਼ਾਨੀ ਹੈ ਜਾਂ ਬਗਲੇ ਭਗਤਾਂ ਦੀ ਨਿਸ਼ਾਨੀ ਹੈ, ਜਿਹੜੇ ਕਿ ਗੁਰੂ ਤੇਗ ਬਹਾਦਰ ਤੋਂ ਬੇਮੁੱਖ ਹੋ ਕੇ ਵੱਖਰੇ ਹੋ ਗਏ ਸਨ। ਹੋਰ ਜਿੰਨੇ ਮੋਰਚੇ ਲੱਗੇ, ਧਰਮਯੁੱਧ ਮੋਰਚਾ ਲੱਗਾ, ਕਪੂਰੀ ਦਾ ਮੋਰਚਾ ਲੱਗਾ, ਆਪਣਾ ਪੰਜਾਬੀ ਬੋਲਦੇ
ਲਾਕਿਆਂ ਦਾ ਮੋਰਚਾ ਲੱਗਾ, ਚੰਡੀਗੜ੍ਹ ਦਾ ਮੋਰਚਾ ਲੱਗਾ, ਪਹਾੜ ਡੈਮ ਦਾ ਮੋਰਚਾ ਲੱਗਾ, ਅਨੰਦਪੁਰ ਸਾਹਿਬ ਦਾ ਮੋਰਚਾ ਲੱਗਾ, ਜਿਨ੍ਹਾਂ ਦੀਆਂ ਤਾਂ ਲੋਕਾਂ ਨੂੰ ਮਤਿਆਂ ਦਾ ਪਤਾ ਨਹੀਂ ਮਤੇ ਹੈਗੀ ਆ। ਇਹ ਮਤੇ ਵਾ ਭਾਖੜਾ ਡੈਮ, ਚੰਡੀਗੜ੍ਹ, ਇਹ ਪੰਜਾਬ ਨੂੰ ਮਿਲਣਾ ਚਾਹੀਦਾ। ਚਾਂਬੀ ਬੋਰ ਦੇ ਇਲਾਕੇ ਪੰਜਾਬ ਨੂੰ ਮਿਲਣੇ ਚਾਹੀਦੇ ਆ, ਜਿਹੜੇ ਡਾਕਖਾਨੇ ਪੰਜਾਬ ਦੇ ਹੋਣੇ ਚਾਹੀਦੇ ਆ, ਰੇਲਾਂ ਜਿਹੜੀਆਂ ਪੰਜਾਬ ਦੇ ਵਿੱਚ ਚੱਲਦੀਆਂ ਉਹਨਾਂ ਪੰਜਾਬ 'ਚ ਪੰਜਾਬ ਨੂੰ ਉਹਦਾ ਮਿਲਣਾ ਚਾਹੀਦਾ ਵਾ। ਦੂਜੇ ਨੰਬਰ 'ਤੇ ਜੋ ਜ਼ਮੀਨ ਵੇਚਦਾ ਵਾ ਪੰਜਾਬੀ, ਪੰਜਾਬੀ ਵੇਚਦਾ, ਪੰਜਾਬੀ ਖਰੀਦਦਾ ਵਾ, ਉਹਦਾ ਟੈਕਸ ਜਾਂਦਾ ਉਹ ਸੈਂਟਰ ਨੂੰ ਕਿਉਂ ਜਾਂਦਾ ਹੈ? ਇਸ ਤਰ੍ਹਾਂ ਹੋਰ ਬਹੁਤ ਜ਼ਿਆਦੀਆਂ ਵੀ